ਇਸ ਦਾ ਅਸਰ ਸਿਰਫ ਮੇਰੇ ਪਰਿਵਾਰ ਜਾਂ ਮੇਰੇ ਮਿੱਤਰਾਂ ਤੇ ਨਹੀਂ ਪਵੇਗਾ, ਸਗੋਂ ਸਾਰੀ ਬਿਰਾਦਰੀ ਇਸ ਨਾਲ ਪ੍ਰਭਾਵਿਤ ਹੋਵੇਗੀ। ਇਰਫਾਨ ਦੀ ਮੌਤ ਨਾਲ ਵੀ ਸਾਰੀ ਬਿਰਾਦਰੀ ਪ੍ਰਭਾਵਿਤ ਹੋਈ ਹੈ। ਵਾਹਿਦ ਦੇ 16 ਸਾਲਾ ਪੁੱਤਰ ਇਰਫਾਨ ਦਾ ਇੱਕ ਅੱਲੜ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਮਾਮਲਾ 2017 ਦਾ ਹੈ, ਜਦੋਂ ਉੱਤਰੀ ਇੰਗਲੈਂਡ ਦੇ ਲੀਡਸ ਵਿੱਚ ਇੱਕ ਕੁੜੀ ਪਿੱਛੇ ਲੜਾਈ ਹੋਈ ਸੀ। ਇਰਫਾਨ ਦੀ ਮੌਤ ਕਾਫੀ ਸੁਰਖੀਆਂ ਵਿੱਚ ਰਹੀ ਸੀ। ਸੂਬੇ ਵਿੱਚ ਪੂਰੀ ਤਰ੍ਹਾਂ ਸਦਮੇ ਦਾ ਮਾਹੌਲ ਬਣ ਗਿਆ ਸੀ। ਇਰਫਾਨ ਦੀ ਮੌਤ ਤੋਂ ਬਾਅਦ ਉੱਥੇ ਦਾ ਸਥਾਨਕ ਭਾਈਚਾਰਾ ਇਕੱਠਾ ਹੋ ਗਿਆ ਅਤੇ ਯੂਥ ਸੈਂਟਰ ਸ਼ੁਰੂ ਕੀਤਾ, ਜਿਹੜਾ ਉਸ ਇਲਾਕੇ ਵਿੱਚ ਚਾਕੂ ਨਾਲ ਹੋਣ ਵਾਲੇ ਜੁਰਮ ਤੋਂ ਲੋਕਾਂ ਨੂੰ ਬਚਾ ਸਕੇ। ਮੈਂ ਨਹੀਂ ਕਹਿੰਦਾ ਕਿ ਛੁਰੇਮਾਰੀ ਦੇ ਅਪਰਾਧ ਘਟੇ ਹਨ, ਮੈਂ ਕਹਾਂਗਾ ਕਿ ਇਹ ਘਟਣਗੇ ਜੇ ਨੌਜਵਾਨ ਆਪਣੇ ਆਪ ਨੂੰ ਵਿਅਸਤ ਰੱਖਣ ਤੇ ਸੜਕਾਂ ਤੇ ਨਾ ਘੁੰਮਣ। ਇਸ ਸਾਲ ਹੁਣ ਤੱਕ ਲੰਡਨ ਵਿੱਚ ਹੋਮੀਸਾਈਡ ਦੇ 127 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 72 ਮਾਮਲੇ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਵਿੱਚ ਚਾਕੂ ਮਾਰ ਕੇ ਕਤਲ ਕੀਤਾ ਗਿਆ, 14 ਮਾਮਲਿਆਂ ਨੂੰ ਗੋਲੀਆਂ ਮਾਰ ਕੇ ਅੰਜਾਮ ਦਿੱਤਾ ਗਿਆ। 49 ਸਾਲਾ ਪ੍ਰਕਾਸ਼ ਲੰਡਨ ਵਿੱਚ ਦੁਕਾਨ ਚਲਾਉਂਦੇ ਹਨ। ਉਹਨਾਂ ਦੇ ਵੱਡੇ ਭਰਾ ਵਿਜੇ ਉਹਨਾਂ ਲੋਕਾਂ ਵਿੱਚ ਸ਼ਾਮਿਲ ਹਨ ਜੋ ਲੰਡਨ ਵਿੱਚ ਇਸ ਸਾਲ ਮਾਰੇ ਗਏ। ਵਿਜੇ ਉੱਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ ਸੀ। ਉਹਨਾਂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਸਿਗਰਟ ਪੇਪਰ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਸਭ ਕੇ ਸਾਥ ਉਸਕਾ ਸਨੇਹ ਮਿਲਨ ਅੱਛਾ ਥਾ, ਬੁਰਾ ਕਾਮ ਤੋ ਕਰਤਾ ਹੀ ਨਹੀਂ ਥਾ, ਬੁਰਾ ਸੋਚਤਾ ਨਹੀਂ ਥਾ, ਤੋ ਡੈਡੀ ਕੇ ਬਾਅਦ ਤੋ ਮੇਰਾ ਹੀ ਕਾਮ ਰਹਿ ਗਿਆ। ਮੇਰੇ ਪਾਸ ਅਬ ਫੈਮਿਲੀ ਕੇ 9 ਮੈਂਬਰ ਹੋ ਗਏ, ਮੇਰੇ 4, ਉਸਕੇ 3, ਮੇਰੇ ਮੰਮੀ ਡੈਡੀ, ਤੋ ਸਬਕਾ ਦੇਖਨੇ ਕੇ ਲੀਏ ਮੈਂ ਵੀ ਆਧਾ ਟੁੱਟ ਗਿਆ ਹੂੰ। ਤਾਂ ਫਿਰ ਯੂਕੇ ਦੇ ਨੌਜਵਾਨ ਚਾਕੂ ਅਤੇ ਹਥਿਆਰ ਕਿਉਂ ਰੱਖਦੇ ਹਨ? ਹਰ ਪਾਸੇ ਹਿੰਸਾ ਹੋ ਰਹੀ ਹੈ, ਅਜਿਹੇ ਵਿੱਚ ਹਥਿਆਰ ਲੈ ਕੇ ਚੱਲਣ ਨਾਲ ਹੌਸਲਾ ਮਿਲਦਾ ਹੈ। ਜੇ ਤੁਸੀਂ ਮੇਰੀ ਗੱਲ ਸਮਝ ਰਹੇ ਹੋ ਕਿ ਮੈਂ ਕੀ ਕਹਿ ਰਿਹਾ ਹਾਂ, ਮੈਨੂੰ ਅਜਿਹਾ ਲੱਗਦਾ ਹੈ ਮੈਨੂੰ ਜ਼ਖਮੀ ਨਹੀਂ ਹੋਣਾ ਚਾਹੀਦਾ ਅਤੇ ਮੈਨੂੰ ਲੱਗਿਆ ਕਿ ਦੂਜਿਆਂ ਨੂੰ ਨੁਕਸਾਨ ਪਹੁੰਚਾ ਕੇ ਮੈਂ ਸੁਰੱਖਿਅਤ ਰਹਿ ਸਕਦਾ ਹਾਂ। ਹੁਣ ਪਹਿਲੇ ਨਾਲੋਂ ਵਧੇਰੇ ਨੌਜਵਾਨ ਸਮੂਹਾਂ 'ਚ ਰਹਿੰਦੇ ਹਨ ਅਤੇ ਹਥਿਆਰਬੰਦ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਦੂਜਿਆਂ ਤੋਂ ਹਮਲੇ ਦਾ ਡਰ ਰਹਿੰਦਾ ਹੈ। ਹਥਿਆਰ ਲੈ ਕੇ ਚੱਲਣਾ ਠੀਕ ਹੈ, ਪਰ ਜੇ ਤੁਸੀਂ ਮਾਰੇ ਗਏ ਤਾਂ ਕੀ ਸਿੱਟੇ ਨਿਕਲਣਗੇ? ਤੁਸੀਂ ਭਾਵੇਂ ਸਵਰਗ ਨੂੰ ਚਲੇ ਜਾਓ ਪਰ ਤੁਹਾਡੇ ਘਰ ਵਾਲੇ ਕੀ ਸੋਚਣਗੇ? ਤੁਸੀਂ ਤਾਂ ਚਲੇ ਗਏ, ਉਹ ਸੋਗ ਮਨਾਉਣਗੇ, ਪਰ ਫਾਇਦਾ ਕੀ ਹੋਇਆ?